ਜਦੋਂ ਮੈਂ ਅੱਖ ਖੋਲੀ ਨਾ ਤੇ ਮੇਰੇ ਵੱਡੇ ਭਾਈ ਕੋਲੋਂ ਹੋ ਗਏ ਸਨ ਕਬੂਤਰ ਠੀਕ ਹੋ ਗਿਆ ਤੇ ਸਰ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਅਲਹਮਦੁਲਿਲਾ ਮੈਂ ਇਸ ਪਰਿੰਦੇ ਦੇ ਨਾਲ ਹੀ ਚਮਟਿਆ ਆਇਆ ਤੁਸੀਂ ਆਪਣਾ ਪਾਣੀ ਦਿੰਦੇ ਹੋ ਅਸੀਂ ਤਾਂ ਪਾਣੀ ਬਣਾਇਆ ਸੀ ਉਹ ਸ਼ੇਅਰ ਕਰੋਗੇ ਦੋਸਤੋ ਉਹਨੇ ਐਡਾ ਇਹ ਤਾਂ ਓਲੇ ਹੁੰਦੇ ਨੇ ਸਾਰੇ ਯੂਰਪ ਸਾਰੇ ਘੁੰਮੇ ਆ ਸਾਰਾ ਤੇ ਉੱਥੇ ਵੀ ਕੋਈ ਸ਼ੌਕ ਕਰਦੇ ਹੋ ਜਾਂ ਨਹੀਂ ਕਰਦੇ ਉਦੋਂ ਕੋਈ ਟ੍ਰੈਂਡ ਨਹੀਂ ਸੀ ਇਹ ਤੈੜੀਆਂ ਟੂੜੀਆਂ ਦਾ ਜਾਂ ਕਿਸੇ ਨਹੀਂ ਨਹੀਂ ਤੈੜੀਆਂ ਦਾ ਤੇ ਮਤਾਰਫ ਹੀ ਨਹੀਂ ਸੁਣਿਆ ਮਤਾਰਫ ਬਾਅਦ ਚ ਵਿੱਚ ਉਦੋਂ ਦੇਸੀ ਕਬੂਤਰ ਉਦੋਂ ਦੇਸੀ ਕਬੂਤਰ ਦੇ ਕਸੂਰੀ ਜਾਲਦਾਰ ਬਹੁਤ ਮਸ਼ਹੂਰ ਹੁੰਦੇ ਸੀ ਸਿਆਲਕੋਟ ਕਬੂਤਰ ਜੋਲ ਸੀ ਨੇ ਬੜੇ ਬੜੇ ਇਹ ਦੋ ਚੀਜ਼ਾਂ ਤੇ ਜਾਂ ਲੋੜ ਦੇ ਸ਼ਾਰ ਕੇ ਜ਼ਰ ਦਖੇ ਅੰਦ ਮਸ਼ਹੂਰ ਮੋਟੀ ਵਾਂ ਅੱਛਾ ਉਸਤਾਦਾਂ ਨੂੰ ਕਸਮ ਦਵਾਓ ਸਾਰਿਆਂ ਨੂੰ ਜਿੰਨੇ ਸਾਹ ਨਾਵਾਂ ਨੇ ग्वाल मंडी का इलाका सी ओ कोई एडा कच्छा समझिया नहीं सी जांदा ते उन्होंने कहा कि घर ही रहेगा एक जोड़ा मैनू कबूतरां दा लियाता है ओ जोड़ा कैसा है ओ मेरे जोड़े च बह गया ਅਸਲਾਮੁ ਅਲੈਕਮ ਜੀ ਅਤੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਮੈਂ ਇਸ ਟਾਈਮ ਪਿੰਡੀ ਟੈਕਸਲਾ ਦੇ ਵਿੱਚ ਮੌਜੂਦ ਹਾਂ ਔਰ ਮੈਰ ਖਾਨ ਸਾਹਿਬ ਦੇ ਕੋਲ ਉਸਤਾਦ ਅਕਰਮ ਉਰਫ ਅਕੀ ਸਾਹਿਬ ਦੇ ਸ਼ਾਗਿਰਦ ਨੇ ਅਤੇ ਬਹੁਤ ਅੱਛਾ ਇਹਨਾਂ ਮੈਨੂੰ ਜਿਹੜਾ ਵੈਲਕਮ ਕੀਤਾ ਇਹਨਾਂ ਦਾ ਥੈਂਕ ਯੂ ਪਹਿਲੇ ਤਾਂ ਹੈ ਸਾਰੇ ਦੋਸਤਾਂ ਦਾ ਸਾਰਿਆਂ ਦਾ ਬਹੁਤ ਸ਼ੁਕਰੀਆ ਕਿਉਂਕਿ ਬਹੁਤ ਅੱਛੇ ਤਰੀਕੇ ਦਾ ਵੈਲਕਮ ਕੀਤਾ ਬਾਕੀ ਤੁਸੀਂ ਦੇਖ ਹੀ ਲਿਆ ਹੋਣਾ ਸਾਰਾ ਨਿਜ਼ਾਮ ਅਤੇ ਬਾਕੀ ਅਮੈਰ ਭਾਈ ਸਾਰੇ ਦੋਸਤਾਂ ਨੂੰ ਅਸਲਾਮੁ ਅਲੈਕਮ ਜੀ ਅਮੈਰ ਭਾਈ ਸਾਰੇ ਦੋਸਤਾਂ ਤੋਂ ਸ਼ੁਰੂ ਹੋਵੋ ਇੱਕ ਵਾਰੀ ਤੁਸੀਂ ਦੁਬਾਰਾ ਅਤੇ ਬਾਕੀ ਫਿਰ ਗੱਲਾਂ ਬਾਅਦ 'ਚ ਕਰਾਂਗੇ
ਠੀਕ ਹੋ ਗਿਆ ਉੱਥੋਂ ਸ਼ੁਰੂ ਕਰੋ ਕਿ ਦੋਸਤਾਂ ਦੇ ਨਾਂ ਦੱਸੋ ਸਭ ਤੋਂ ਪਹਿਲੇ ਉਸਤਾਦ ਪੱਪੂ ਉਸਤਾਦ ਅੱਛਾ ਉਹਨਾਂ ਨਾਲ ਸੂਫੀ ਤਾਰਕ ਸਾਹਿਬ ਸੂਫੀ ਤਾਰਕ ਸਾਹਿਬ ਜੀ ਉਹਨਾਂ ਨਾਲ ਆਰਫ ਉਸਤਾਦ ਆਰਫ ਉਸਤਾਦ ਸਾਹਿਬ ਸਾਹਮਣੇ ਠੀਕ ਹੋ ਗਿਆ ਇਸਲਾਮ ਉਰਫ ਮਿੱਠੂ ਬਾਈ ਸਲਾਮ ਉਰਫ ਮਿੱਠੂ ਬਾਈ ਠੀਕ ਹੋ ਗਿਆ ਥੈਂਕ ਯੂ ਚੌਧਰੀ ਇਮਤਿਆਜ਼ ਸਾਹਿਬ ਚੌਧਰੀ ਇਮਤਿਆਜ਼ ਸਾਹਿਬ ਅਤੇ ਬਾਕੀ ਇੱਧਰ ਆਓ ਜੀ ਅਹਿਸਨ ਸਾਹਿਬ ਉਸਤਾਦ ਹਾਜੀ ਸ਼ਫੀਕ ਸਾਹਿਬ ਹਾਜੀ ਸ਼ਫੀਕ ਸਾਹਿਬ ਹਾਜੀ ਸਾਬਰ ਸਾਹਿਬ ਹਾਜੀ ਸਾਬਰ ਸਾਹਿਬ ਉਸਤਾਦ ਨੇ ਵੀ ਉਸਤਾਦ ਨੇ ਅੱਛਾ ਚਲੋ ਹਾਜੀ ਸਾਬਰ ਸਾਹਿਬ ਠੀਕ ਹੋ ਗਿਆ ਮਲਕ ਸੁਹੇਬ ਮਲਕ ਸੁਹੇਬ ਸੁਹੇਬ ਅਤੇ ਉੱਪਰ ਨੁਮਾਨ ਤੁਹਾਡਾ ਛੋਟਾ ਭਾਈ ਮੇਰਾ ਛੋਟਾ ਭਾਈ ਠੀਕ ਹੋ ਗਿਆ ਰਾਜਾ ਨਵੀਦ ਰਾਜਾ ਨਵੀਦ ਸਾਹਿਬ ਔਰ ਨਾਲ ਮਲਕ ਸਾਦ ਮਲਕ ਸਾਦ ਠੀਕ ਹੋ ਗਿਆ ਠੀਕ ਰਾਜਾ 38 ਵਾਲੇ ਅੱਛਾ ਬਰੀਡ ਵਾਹ ਅੱਛਾ ਮਹਿਰ ਭਾਈ ਇਹ ਜਗ੍ਹਾ ਦਾ ਨਾਮ ਹੀ ਪ੍ਰੋਪਰ ਦੱਸੋ ਪੂਰਾ ਜ਼ਿਲ੍ਹਾ ਰਾਵਲਪਿੰਡੀ ਤਹਿਸੀਲ ਟੈਕਸਲਾ ਜਮੀਲਾਬਾਦ ਜਮੀਲਾਬਾਦ ਜੀ ਜਮੀਲਾਬਾਦ ਮੁਹੱਲਾ ਮੁਹੱਲਾ ਜਮੀਲਾਬਾਦ ਨਾਲ ਜੀ ਟੀ ਰੋਡ ਵੀ ਜਾ ਰਿਹਾ ਜੀ ਨਾਲ ਠਠਾ ਖਲੀ ਰੋਡ ਠੀਕ ਹੋ ਗਿਆ ਠੀਕ ਹੋ ਗਿਆ ਅੱਛਾ ਮਹਿਰ ਭਾਈ ਗੱਲਾਂ ਕਰਨਾ ਸ਼ੁਰੂ ਖਾਣਾ ਛਾਣਾ ਤਾਂ ਬਾਅਦ 'ਚ ਖਾਵਾਂਗੇ ਥੈਂਕ ਯੂ ਤੁਹਾਡਾ ਅੱਛਾ ਮੈਨੂੰ ਇਹ ਦੱਸੋ ਕਿਉਂਕਿ ਦੇਖੋ ਦੋਸਤਾਂ ਨੂੰ ਮੈਂ ਹਰ ਮੂਵੀ 'ਚ ਕਹਿੰਦਾ ਕਿ ਕਿਹੜੀ ਦਫ਼ ਹੈ ਤੁਹਾਡੀ ਕਿਹੜੇ ਉਸਤਾਦ ਜੀ ਸਨ ਇਹ ਪੁੱਛਣਾ ਵਾਕਈ ਜ਼ਰੂਰੀ ਹੁੰਦਾ ਔਰ ਦੇਖੋ ਇਹ ਦੇਖਣਾ ਹੁੰਦਾ ਕਿ ਕਿੱਥੇ ਕਿੱਥੇ ਸ਼ਾਗਿਰਦ ਬੈਠੇ ਆ ਮੈਂ ਇਹ ਨਹੀਂ ਕਿ ਹਰ ਪਾਰਟੀ ਦੇ ਮੈਂ ਕਿਸੇ ਨਾਲ ਮੇਰਾ ਇਖਤਲਾਫ਼ ਤਾਂ ਕੋਈ ਵੀ ਨਹੀਂ ਹੈ ਕਿ ਕੋਈ ਮੀਆਂ ਨਜ਼ੀਰ ਪਾਰਟੀ ਹੈ ਜਾਂ ਕੋਈ ਚੋਰੀ ਸਖੀ ਪਾਰਟੀ ਹੈ ਲੇਕਿਨ ਹਰ ਪਾਰਟੀ ਨਾਲ ਮੇਰਾ ਮੁਹੱਬਤ ਹੈ ਪਿਆਰ ਹੈ ਸਾਰੇ ਮੇਰੇ ਨਾਲ ਕਰਦੇ ਨੇ ਔਰ ਤੁਸੀਂ ਬਾਕੀ ਦੇਖ ਹੀ ਲਿਆ ਔਰ ਉਸਤਾਦ ਅਕਰਮ ਉਰਫ ਅੱਕੀ ਸਾਹਿਬ ਦੇ ਸ਼ਾਗਿਰਦ ਨੇ ਠੀਕ ਹੈ ਬਾਕੀ ਗੱਲਾਂ ਇਹਨਾਂ ਕੋਲ ਪੁੱਛਣੇ ਆ ਕਿ ਕਿਹੜੇ ਸਨ 'ਚ ਤੁਸੀਂ ਸ਼ਾਗਿਰਦ ਹੋਏ ਜੀ ਮੈਂ ਕੁਛ ਹੀ ਟਾਈਮ ਸ਼ਾਗਿਰਦ ਹੋਇਆ ਪਹਿਲੇ ਤਕਰੀਬਨ 5-1 ਮਹੀਨੇ ਪਹਿਲੇ ਸ਼ਾਗਿਰਦ ਹੁਣ ਜੀ ਅੱਛਾ ਮਾਸ਼ਾ ਅੱਲਾ ਲੇਕਿਨ ਉਸ ਤੋਂ ਪਹਿਲੇ ਕਬੂਤਰ ਪਰਵਰੀ ਉਸ ਤੋਂ ਪਹਿਲੇ ਕਬੂਤਰਾਂ ਦਾ ਸ਼ੌਕ ਜ਼ਰੂਰ ਹੈ ਲੇਕਿਨ ਬਚਪਨ 'ਚ ਬਚਪਨ ਤੋਂ ਲੇਕਿਨ ਮੈਂ ਕੋਈ ਜਿਸ ਤਰ੍ਹਾਂ ਨਾ ਮੇਰੇ ਜ਼ਹਿਨ ਨੇ ਮੁਤਾਬਕ ਕੋਈ ਉਸਤਾਦ ਨਹੀਂ ਮਿਲ ਰਿਹਾ ਸੀ ਅੱਛਾ ਅਤੇ ਕਾਫੀ ਅਰਸੇ ਤੋਂ ਬਾਅਦ ਸੱਚ ਤੋਂ ਬਾਅਦ ਜਿਹੜਾ ਮੇਰਾ ਜ਼ਹਿਨ ਜਿਹੜਾ ਉਸਤਾਦ ਅਕਰਮ ਅੱਕੀ ਸਾਹਿਬ 'ਤੇ ਜਿਹੜਾ ਮੁਤਮਈਨ ਹੋਇਆ ਕਿ ਐਸੇ ਕਾਬਲ ਉਸਤਾਦ ਹਨ ਕਿ ਕਬੂਤਰ ਉਡਾਉਣਾ ਤਾਂ ਹਰ ਬੰਦਾ ਉਡਾ ਲੈਣਾ ਬਿਲਕੁਲ ਸਹੀ ਲੇਕਿਨ ਕਬੂਤਰ ਬਣਾਉਣਾ ਕਬੂਤਰ ਨੇ ਬੜੀ ਬਰੀਡ ਜਿਹੜੀ ਬਣਾਉਣੀ ਉਹ ਉਸਤਾਦ ਅਕਰਮ ਅੱਕੀ 'ਤੇ ਬਿਲਕੁਲ ਅਤੇ ਫਿਰ ਕਾਫੀ ਮੇਰਾ ਉਸਤਾਦ ਅਕਰਮ ਅੱਕੀ ਸਾਹਿਬ ਨਾਲ ਤਕਰੀਬਨ ਸਾਲ ਡੇਢ ਤੋਂ ਰਾਬਤੇ 'ਚ ਮੈਂ ਜੀ ਠੀਕ ਸ਼ਾਗਿਰਦੀ ਤਕਰੀਬਨ 4-5 ਮਹੀਨੇ ਪਹਿਲੇ ਮੇਰੀ ਉਹਨਾਂ ਨੂੰ ਉੱਥੇ ਜਾ ਕੇ ਜਾਂ ਇੱਥੇ ਆਏ ਸੀ ਇੱਥੇ ਇੱਥੇ ਮਾਸ਼ਾ ਅੱਲਾ ਇਸੇ ਜਗ੍ਹਾ 'ਤੇ ਜੀ ਇੱਥੇ ਨਹੀਂ ਸ਼ਾਦੀ ਹਾਲ 'ਚ ਹੋਈ ਅੱਛਾ ਸ਼ਾਦੀ ਹਾਲ 'ਚ ਵੱਡਾ ਪ੍ਰੋਗਰਾਮ ਜੀ ਵੱਡਾ ਪ੍ਰੋਗਰਾਮ ਠੀਕ ਹੋ ਗਿਆ ਅੱਛਾ ਮਾਸ਼ਾ ਅੱਲਾ ਬਾਕੀ ਤੁਸਾਂ ਨੇ ਵੀ ਇਹ ਮਿਹਰਬਾਨੀ ਹੈ ਤੁਸਾਂ ਆਪਣਾ ਕੀਮਤੀ ਟਾਈਮ ਅਸਾਂ ਵਾਸਤੇ ਕੱਢਿਆ ਤੁਸੀਂ ਸਾਡੇ ਕੋਲ ਟੈਕਸ ਲੈ ਆਏ ਹੋ ਜੀ ਮਿਹਰਬਾਨੀ ਅੱਛਾ ਮਹਿਰ ਭਾਈ ਮੈਂ ਉਹਨਾਂ ਦਾ 1 ਘੰਟਾ ਅਤੇ 18 ਮਿੰਟ ਦਾ ਮੇਰਾ ਇੰਟਰਵਿਊ ਹੋਇਆ ਸੀ ਔਰ ਬਹੁਤ ਸਾਰਾ ਨੌਲੇਜ ਹੈ ਉਹਨਾਂ ਕੋਲ ਵੇਖੋ ਜੀ ਜਿਹੜਾ ਵੀ ਉਸਤਾਦ ਤੁਹਾਡੀ ਟੱਕਰ ਦਾ ਮਿਲਦਾ ਨਾ ਉਹਦੇ ਨਾਲ ਅੱਗੋਂ ਗੱਲਬਾਤ ਕਰਨ ਦਾ ਗੁਫ਼ਤਗੂ ਕਰਨ ਦਾ ਮਜ਼ਾ ਆਉਂਦਾ ਔਰ ਮੈਨੂੰ ਉਹਨਾਂ ਦਾ ਮਜ਼ਾ ਆਇਆ ਵੇ ਉਸਤਾਦ ਅਕਰਮ ਉਰਫ ਅੱਕੀ ਸਾਹਿਬ ਨਾਲ ਮੈਨੂੰ ਮਜ਼ਾ ਆਇਆ ਬੜਾ ਮਜ਼ਾ ਆਇਆ 1 ਘੰਟਾ 18 ਮਿੰਟ ਦੇ ਮੈਂ ਦੇਖੋ ਜੀ ਲੋਕ ਬੜੇ ਬੜੇ ਚੈਨਲ ਵਾਲੇ ਨੇ ਮੈਂ ਨਹੀਂ ਕਿਸੇ ਨੂੰ ਬੁਰਾ ਕਹਿੰਦਾ ਜੀ ਲੇਕਿਨ ਅਸੀਂ ਟ੍ਰੈਂਡ ਚਲਾਇਆ 1 ਘੰਟਾ 18 ਮਿੰਟ ਦੀ ਮੂਵੀ ਲੋਕ ਦੇਖਦੇ ਆ ਸ਼ੌਕ ਨਾਲ ਔਰ ਹਾਲੇ ਤੱਕ ਉਹ ਬੜੀ ਫੇਮਸ ਚੱਲ ਰਹੀ ਹੈ ਹਾਲਾਂ ਉਹਦੇ 'ਚ ਪਾਰਟ ਕੀਤੇ ਸਨ ਉਹਦੇ 'ਚ ਪਾਰਟ ਬਣਾਏ ਨੇ 2-3 ਪਾਰਟ ਬਣਾਏ ਨੇ ਲੇਕਿਨ ਫਿਰ ਵੀ ਲੋਕ ਦੇਖਦੇ ਆ ਐਡੀ ਐਡੀ ਲੰਮੀ ਮੂਵੀ ਅਤੇ ਲੋਕ ਦੋਸਤਾਂ ਦੀ ਵੀ ਮੁਹੱਬਤ ਸੀ ਅਲਹਮਦੁਲਿਲਾ ਉਸਤਾਦ ਹਰੀ ਜਿਸ ਟਾਈਮ ਵੀ ਕੋਈ ਵੀ ਲਾਈਵ ਕੋਈ ਵੀ ਪ੍ਰੋਗਰਾਮ ਉਸਤਾਦ ਹਰ ਨੇ ਬਣਨਾ ਅਤੇ ਉਸਤਾਦ ਹਰੀ ਕਬੂਤਰਬਾਜ਼ੀ ਨਹੀਂ ਚਾਹੇ ਉਹ ਦੋਸਤ ਹੈ ਜਿਵੇਂ ਕੋਈ ਸਾਰੀ ਦੁਨੀਆ ਦੇਖਣੀ ਉਹ ਕਬੂਤਰਬਾਜ਼ੀ ਨਹੀਂ ਹਰ ਚੀਜ਼ ਹਰ ਕਿਤਾਬ ਖੋਲ ਕੇ ਰੱਖਦੇ ਨੇ ਐਂਡ ਕਰ ਦਿੰਦੇ ਨੇ ਹਰ ਚੀਜ਼ ਦੱਸਦੇ ਨੇ ਬਿਲਕੁਲ ਕਿ ਤਾਂ ਕਿ ਵੇਖੋ ਉਹਨਾਂ ਕੋਲ ਇੱਕ ਇਲਮ ਇੱਕ ਨੌਲੇਜ ਹੈ ਲੇਕਿਨ ਉਹ ਦੇਣੇ ਨੂੰ ਸਾਂਗੇ ਯਾਰ ਲੈ ਉਹ ਇਲਮ ਲੈ ਉਹ ਵੰਡਦੇ ਨੇ ਵੰਡਣੇ ਨੇ ਇਹ ਵੱਡੀ ਇਹ ਸਭ ਤੋਂ ਵੱਡੀ ਵੇਖੋ ਉਸਤਾਦੀ ਔਰ ਵੇਖੋ ਉਹਨਾਂ ਨੇ ਕਿ ਉਹ ਸਾਰਿਆਂ ਨੂੰ ਦੇਣੇ ਨੇ ਇਲਮ ਭਾਵੇਂ ਉਹਨਾਂ ਨੇ ਕੋਈ ਸ਼ਾਗਿਰਦ ਹੈ ਜਾਂ ਨਹੀਂ ਬਿਲਕੁਲ ਸਹੀ ਗੱਲ ਹੈ ਅੱਛਾ ਤੁਸੀਂ ਵਾ ਵੱਡਾ ਪ੍ਰੋਗਰਾਮ ਕੀਤਾ ਤਾਂ ਉਸ ਤੋਂ ਪਹਿਲੇ ਕਬੂਤਰ ਤਾਂ ਤੁਹਾਨੂੰ ਸ਼ੌਕ ਹੈਗਾ ਸੀ ਜੀ ਜੀ ਉਡਾਉਂਦੇ ਸੋ ਪਹਿਲੇ ਵੀ ਨਹੀਂ ਪਹਿਲੇ ਮੈਂ ਕਬੂਤਰ ਨਹੀਂ ਉਡਾਏ ਕਿਉਂਕਿ ਆਪਣਾ ਘਰ ਨਹੀਂ ਸੀ ਆਪਣਾ ਘਰ ਹੁਣ ਇੱਥੇ ਮਾਸ਼ਾ ਅੱਲਾ ਅੱਲਾ ਤਾਲਾ ਇਹ ਵੀ ਤੁਹਾਡੇ ਨਸੀਬਾਂ 'ਚ ਇਕੱਲੇ ਇਹ ਵੀ ਮੁਬਾਰਕ ਜੀ ਤੁਹਾਨੂੰ ਬਹੁਤ ਜ਼ਿਆਦਾ ਉੱਥੇ ਜੀ ਅਸੀਂ ਛੱਤ ਬਣਾਈ ਹੁਣੀ ਬਣਾਈ ਛੱਤ ਅੱਛਾ ਅਤੇ ਉਸਤਾਦ ਅਕਰਮ ਅੱਕੀ ਸਾਹਿਬ ਜਿਹੜਾ ਅਸਾਂ ਜੋੜੇ ਭੇਜੇ ਅਸਾਂ ਜੋੜੇ ਹੁਣ ਛੋੜੇ ਅੱਗੇ ਅਸੀਂ ਇਨਸ਼ਾਅੱਲਾ ਉਹਨਾਂ ਨੇ ਬਰੀਡ ਕਰਾ ਕੇ ਅੱਛਾ ਅਤੇ ਫਿਰ ਅੱਗੋਂ ਨੈਕਸਟ ਅਸੀਂ ਸੀਜ਼ਨ ਉਡਾਓਗੇ ਜੀ ਉਡਾਵਾਂਗੇ ਠੀਕ ਹੋ ਗਿਆ ਇਨਸ਼ਾਅੱਲਾ ਅੱਲਾ ਪਾਕ ਕਾਮਯਾਬੀਆਂ ਦੇਗਾ ਬਾਕੀ ਇਹ ਸਾਡੀ ਛੱਤ ਹੈ ਹਾਜੀ ਸਾਬਰ ਸਾਹਿਬ ਦੀ ਅੱਛਾ ਇਸ ਤੋਂ ਅਸੀਂ ਸ਼ੋਕ ਕਰ ਰਹੇ ਹਾਂ ਸੀਜ਼ਨ ਵਾਈਜ਼ ਅੱਛਾ ਪਿਛਲੀ ਸੀਜ਼ਨ ਸਾਡੀ ਬਹੁਤ ਅੱਛੀ ਗਰਮੀ ਨਹੀਂ ਪ੍ਰੋਗਰੈਸ ਸੀ ਛੱਤ 'ਤੇ
ਅੱਛਾ ਇਸ ਦਫਾ ਵੀ ਅਸੀਂ ਬਹੁਤ ਉੱਥੇ ਮਿਹਨਤ ਕੀਤੀ ਹੈ ਅੱਲਾ ਪਾਕ ਨਾਲ ਕਾਮਯਾਬੀ ਦੇਵੇ ਹਾਜੀ ਸਾਹਿਬ ਆ ਜੀ ਆਮੀਨ ਹਾਜੀ ਸਾਬਰ ਸਾਹਿਬ ਹਾਜੀ ਸ਼ਫੀਕ ਸਾਹਿਬ ਇਹ ਇਕੱਠੇ ਨੇ ਦੋਏ ਸਾਥ ਤੇ ਇਕੱਠੇ ਹੁੰਦੇ ਨੇ ਤੇ ਬਹੁਤ ਅੱਛਾ ਰਿਜ਼ਲਟ ਵੀ ਚੰਗਾ ਜੀ ਇਨਸ਼ਾਅੱਲਾ ਅਸਲ 'ਚ ਟੀਮ ਤੁਹਾਡੀ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇੱਕ ਤਾਂ ਟੀਮ ਵਰਕ ਬੜੀ ਗੱਲ ਹੁੰਦੀ ਜੇ ਟੀਮ ਵਰਕ ਕੋਈ ਦੋਸਤ ਟਾਈਮ ਤੋੜ ਕੇ ਸਾਡਾ ਇੱਥੇ ਗਰੁੱਪ ਹੈ ਲਜਪਾਲ ਫਲਾਇੰਗ ਪਿਜਨ ਕਲੱਬ ਅੱਛਾ ਅਸੀਂ ਸਾਰੇ ਲਜਪਾਲ ਕਲੱਬ ਦੇ ਮੈਂਬਰ ਬੈਠੇ ਮਾਸ਼ਾਅੱਲਾ 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 ਠੀਕ ਹੋ ਗਿਆ ਠੀਕ ਹੋ ਗਿਆ ਅੱਛਾ ਹੋਰ ਉਹਨਾਂ 'ਚ ਕੀ ਤੁਸੀਂ ਖੂਬੀ ਵੇਖੀ ਉਸਤਾਦ ਜੀ ਜੀ ਉਸਤਾਦ ਜੀ ਉਹਨਾਂ 'ਚ ਹਰ ਖੂਬੀ ਪਾਈ ਜਾਣੀ ਕਿਹੜੀ ਦੱਸਾਂ ਸਹੀ ਗੱਲ ਬਿਲਕੁਲ ਪਰਖ ਦੇ ਮਾਸਟਰ ਨੇ ਤੇ ਐਂਡ ਨੇ ਉਹਨਾਂ ਤੇ ਮੈਂ ਕਹਿੰਦਾ ਜੀ ਬਿਲਕੁਲ ਐਂਡ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਮੈਂ ਬਚਪਨ ਨਾਲ ਕਬੂਤਰਾਂ ਦਾ ਸ਼ੌਕ ਕਰ ਰਿਹਾ ਕਿ ਮੈਂ ਉਸਤਾਦ ਲੱਭ ਰਿਹਾ ਸਾਂ ਜਿੱਦਾਂ ਤੇ ਸਮਝੋ ਕਿ ਮੈਨੂੰ ਬਚਪਨ ਤੋਂ ਲੱਗਦੇ ਲੱਭਦੇ ਲੱਭਦੇ ਹੁਣ ਤੱਕ ਇਹ ਉਸਤਾਦ ਅਕਰਮ ਹੁਣ ਲੱਭੇ ਨੇ ਆ ਕੇ ਸਾਡੇ ਟੈਕਸਲੇ ਵਾ ਰਾਵਲਪਿੰਡੀ ਦੇ ਬਹੁਤ ਨਾਮਵਰ ਉਸਤਾਦ ਨੇ ਜੀ ਜੀ ਬਹੁਤ ਨਾਮਵਰ ਲੇਕਿਨ ਮੈਂ ਉਸਤਾਦ ਜੀ ਕੋਲ ਬਹਿਣਾ ਤੇ ਪਤਾ ਚੱਲਣਾ ਹੈ ਕਿ ਫਲਾਂ ਬਹੁਤ ਨਾਮੀ ਗ੍ਰਾਮੀ ਉਸਨੇ ਜੋੜੇ ਵੀ ਉਸਤਾਦ ਅਕਰਮ ਅੱਕੀ ਸਾਹਿਬ ਆ ਕੇ ਲਾ ਕੇ ਜਾ ਰਹੇ ਨੇ ਇਸ ਤਰ੍ਹਾਂ ਹੀ ਫਲਾਂ ਬੰਦੇ ਨੇ ਵੀ ਨਾਮੀ ਗ੍ਰਾਮੀ ਸ਼ਾਹ ਅਤੇ ਉਸਤਾਦ ਅਕਰਮ ਅੱਕੀ ਸਾਹਿਬ ਜੋੜੇ ਲਾ ਰਹੇ ਨੇ ਇਸ ਤਰ੍ਹਾਂ ਹੀ ਅਤੇ ਸਮਝੋ ਕਿ ਇਸ ਟਾਈਮ ਪਾਕਿਸਤਾਨ ਨੇ ਪੰਜਾਬ ਨੇ ਬਹੁਤ ਸਾਰੇ ਇਲਾਕਿਆਂ 'ਚ ਉਸਤਾਦ ਅੱਛੀਆਂ ਛੱਤਾਂ ਨੇ ਰਿਜ਼ਲਟ ਨੇ ਉਸਤਾਦ ਅਕਰਮ ਅੱਕੀ ਸਾਹਿਬ ਜੋੜੇ ਲਾਏ ਇਸ ਤਰ੍ਹਾਂ ਹੀ ਬਿਲਕੁਲ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਜ਼ਰਾ ਰੱਤੀ ਬਰਾਬਰ ਹੁੰਦਾ ਨਾ ਉਹ ਵੀ ਸ਼ੱਕ ਵਾਲੀ ਕੋਈ ਗੱਲ ਨਹੀਂ ਉਹਨਾਂ ਕੋਲ ਬੜੀ ਪਰਖ ਹੈ ਬੜਾ ਇਲਮ ਹੈ ਬੜਾ ਨੌਲੇਜ ਹੈ ਵੇਖੋ ਜੀ ਹੋਰਨਾਂ ਉਸਤਾਦਾਂ ਕੋਲ ਵੀ ਬੜਾ ਵੇ ਸ਼ਾਇਦ ਉਹ ਸ਼ੇਅਰ ਨਹੀਂ ਕਰਦੇ ਲੋਕਾਂ ਨਾਲ ਜਾਂ ਹੋ ਸਕਦਾ ਜਾਂ ਕਈ ਆਪਣੇ ਕੋਲ ਹੀ ਰੱਖ ਲੈਂਦੇ ਨੇ ਕਈ ਬੰਦੇ ਐਸੇ ਮੈਂ ਦੇਖੇ ਬੜੇ ਬੜੇ ਅੱਛੇ ਉਸਤਾਦ ਅਤੇ ਉਹ ਉਹਨਾਂ ਦੋਸਤਾਂ ਨਾਲ ਸ਼ੇਅਰ ਨਹੀਂ ਕਰਦੇ ਆ ਇਲਮ ਪੂਰਾ ਲੇਕਿਨ ਉਸਤਾਦ ਅਕਰਮ ਮੱਕੀ ਦੀ ਮੈਂ ਸਿਫਤ ਕਰਨਾ ਜਦੋਂ ਵੀ ਕਿਤੇ ਸਾਨੂੰ ਵੀ ਜ਼ਰੂਰਤ ਅਗਰ ਪਈ ਹੈ ਨਾ ਜਾਂ ਕਿਸੇ ਦੋਸਤ ਨੂੰ ਵੀ ਜ਼ਰੂਰਤ ਪਈ ਹੈ ਨਾ ਉਹਨਾਂ ਕੇ ਠੀਕ ਬਈ ਭੇਜ ਦਿਓ ਲਓ ਜੀ ਮੈਂ ਗਰਮੀ ਲੱਗਣ ਦੀ ਮੈਂ ਤੁਹਾਡਾ ਲਾਹ ਹੀ ਲਵਾਂ ਅਤੇ ਉਹਨਾਂ ਕੋਲ ਨੌਲੇਜ ਬਹੁਤ ਜ਼ਿਆਦਾ ਅੱਲਾ ਪਾਕ ਉਹਨਾਂ ਦੀ ਹਿਜਾਤੀ ਕਰੇ ਅਗਰ ਦੇਖੋ ਜਿੱਦਾਂ ਤਾਂ ਅਗਰ ਆਈ ਹੈ ਨਾ ਕਬੂਤਰਬਾਜ਼ੀ 'ਚ ਅਤੇ ਇਹਨਾਂ ਵੱਡੇ ਉਸਤਾਦਾਂ ਦੀ ਹੋਰ ਵੀ ਬੜੇ ਨਾਮਵਾਰ ਅੱਛੇ ਉਸਤਾਦ ਨੇ ਬਹੁਤ ਤਗੜੇ ਤਗੜੇ ਉਸਤਾਦ ਨੇ ਅਗਰ ਕਬੂਤਰਬਾਜ਼ੀ 'ਚ ਜਿੱਦਾਂ ਤਾਂ ਆਈ ਹੈ ਨਾ ਇਹਨਾਂ ਚੀਜ਼ਾਂ ਤੋਂ ਆਈ ਹੈ ਜੀ ਨਹੀਂ ਕਰਦਾ ਬਿਲਕੁਲ ਇਸ ਤਰ੍ਹਾਂ ਹੀ ਲਾ ਦਿਓ ਜੀ ਨਾ ਨਹੀਂ ਚੱਲਦਾ ਆ ਜਾਏਗਾ ਬਿਲਕੁਲ ਇਸ ਤਰ੍ਹਾਂ ਹੀ ਪਿੱਛੇ ਨਾ ਤੇ ਰਵੇ ਨਾ ਹੁਣ ਵੇਖੋ ਜੀ ਮੀਆਂ ਨਜ਼ੀਰ ਸਾਹਿਬ ਨੇ ਬੜੇ ਅੱਛੇ ਕਬੂਤਰ ਬਣਾਏ ਨੇ ਹਾਲੇ ਤੱਕ ਉਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਹਿਣਾ ਨਾ ਖਤਮ ਨਹੀਂ ਹੋਣਾ ਅਤੇ ਇਸ ਤਰ੍ਹਾਂ ਹੀ ਹੈ ਅਤੇ ਬਾਕੀ ਗੱਲ ਸਹੀ ਹੈ ਕਿਉਂਕਿ ਅੱਗੇ ਇਲਮ ਜਦੋਂ ਵੰਡੋਗੇ ਨਾ ਅਤੇ ਅੱਗੇ ਵਧੇਗਾ ਹੁਣ ਇੱਥੋਂ ਇਹਨਾਂ ਨੂੰ ਅੱਛਾ ਲੱਗਾ ਇਹਨਾਂ ਨੂੰ ਉਹਨਾਂ ਦਾ ਕਿਰਦਾਰ 400 ਕਿਲੋਮੀਟਰ ਕਿੱਥੇ 400 ਕਿਲੋਮੀਟਰ ਇੱਥੋਂ ਮੋਟਰਵੇ ਤੋਂ ਜਾਓ 400 ਕਿਲੋਮੀਟਰ ਅਤੇ 4-5 ਘੰਟੇ ਲੱਗ ਜਾਂਦੇ ਨੇ ਲਾਹੌਰ ਜਾਣ ਤੱਕ ਜੇ ਅਗਰ ਉਹ ਵੀ ਆਉਂਦੇ ਨੇ ਤਾਂ ਫਿਰ ਵੀ ਇੰਨਾ ਟਾਈਮ ਇਹਨਾਂ ਨੂੰ ਖੂਬੀ ਉਹਦੇ 'ਚ ਨਜ਼ਰ ਆਈ ਤਾਂ ਫਿਰ ਹੀ ਇਹ ਫੜਿਆ ਨਾ ਉਸਤਾਦ ਅਤੇ ਅੱਛੇ ਗ੍ਰੇਟਫੁੱਲ ਆਦਮੀ ਨੇ ਹੋਰ ਕੁਛ ਮਹਿਰ ਭਾਈ ਕਹਿਣਾ ਚਾਹੁੰਦੇ ਉਹਨਾਂ ਦੇ ਬਾਰੇ ਬਾਕੀ ਕਬੂਤਰ ਵੀ ਵੇਖਦੇ ਹਾਂ ਅੱਛਾ ਤੁਸੀਂ ਉਸਤਾਦ ਜੀ ਕੋਈ ਕਹਿਣਾ ਚਾਹੁੰਦੇ ਹੋ ਕੋਈ ਉਹਨਾਂ ਦੇ ਬਾਰੇ 'ਚ ਜਾਂ ਹੋਰ ਕੋਈ ਦੋਸਤ ਅਗਰ ਕੋਈ ਕਮੈਂਟ ਦੇਣਾ ਚਾਹੁੰਦਾ ਹਾਜੀ ਸਾਹਿਬ ਆ ਪੜ੍ਹੋ ਉਸਤਾਦ ਆਏ ਸਨ ਸਾਡੇ ਇੱਥੇ ਜੀ ਜੀ ਫੰਕਸ਼ਨ ਹੈ ਜੀ ਮੁਲਾਕਾਤ ਹੋਈ ਹੈ ਉਸ ਤੋਂ ਪਹਿਲਾਂ ਵੀ ਅਸੀਂ ਮਾਸ਼ਾਅੱਲਾ ਅੱਗੇ ਪਿੱਛੇ ਜਾ ਪੱਕਾ ਬੰਦ ਕਰ ਦਿਓ ਉਸਤਾਦਾਂ ਨਾਲ ਮੁਲਾਕਾਤਾਂ ਵੀ ਹੋਣੀਆਂ ਸਾਰੇ ਮਾਮਲਾਤ ਅੱਗੇ ਪਿੱਛੇ ਜਾਣੇ ਰਹੇ ਹਾਂ ਲੇਕਿਨ ਉਸਤਾਦ ਹੋਰਾਂ ਨੇ ਜਿਹੜਾ ਅਸਾਂ ਬਿਹੇਵ ਦੇਖਿਆ ਨਾ ਸਲੂਕ ਦੇਖਿਆ ਬੰਦੇ ਨਾਲ ਬਹੁਤ ਅੱਛਾ ਮਿੱਠਾ ਹਰ ਬੰਦੇ ਨਾਲ ਮਿਲਣਸਾਰ ਉਹ ਚੀਜ਼ ਸਾਨੂੰ ਬਹੁਤ ਪਸੰਦ ਆਈ ਇਤਨਾ ਨਾਮੀ ਗ੍ਰਾਮੀ ਉਸਤਾਦ ਹੋਣ ਦੇ ਬਾਵਜੂਦ ਉਹ ਹਰ ਬੰਦੇ ਨੂੰ ਯਾਨੀ ਬਹੁਤ ਮੁਖਲਸ ਤਰੀਕੇ ਨਾਲ ਮਿਲਣਾ ਅੱਛੇ ਤਰੀਕੇ ਨਾਲ ਮਿਲਣਾ ਗਾਈਡ ਕਰਨਾ ਇਹ ਚੀਜ਼ ਉਹਨਾਂ ਨੇ ਬਹੁਤ ਅਸਾਂ ਨੂੰ ਪਸੰਦ ਆਈ ਬਿਲਕੁਲ ਅਸਾਂ ਨੇ ਇਸ ਟਕਸਲਾ ਵਿੱਚ ਇਸ ਤੋਂ ਪਹਿਲੇ ਉਹਨਾਂ ਨੇ ਕੋਈ ਸ਼ਗਿਰਦ ਨਹੀਂ ਪਿੰਡੀ ਇਹ ਉਮੈਰ ਪਹਿਲਾ ਸ਼ਗਿਰਦ ਹੈ ਉੱਧਰ ਗੁਜਰਾਤ ਵਗੈਰਾ ਅੱਗੇ ਪਿੱਛੇ ਸਾਰੀਆਂ 'ਚ ਆਇਆ ਉਹਨਾਂ ਨੇ ਸ਼ਗਿਰਦ ਲੇਕਿਨ ਇਸ ਏਰੀਏ 'ਚ ਆਇਆ ਫਿਰ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਬਹੁਤ ਅਸਾਂ ਨੂੰ ਯਾਨੀ ਪਸੰਦ ਆਏ ਨੇ ਉਸਤਾਦ ਉਹਨਾਂ ਨੇ ਇਖਲਾਕ ਤੋਂ ਅਸੀਂ ਬਹੁਤ ਮੁਤਾਸਰ ਹੋਏ ਹਾਂ ਅਤੇ ਅੱਲਾ ਪਾਕ ਉਹਨਾਂ ਨੂੰ ਜ਼ਿੰਦਗੀ ਦੇਵੇ ਵਸਾਇਆ ਸਾੜਦਾ ਰਹੇ ਤੇ ਇਸ ਨਾ ਵੀ ਨਾ ਹੋ ਸੀ ਇਨਸ਼ਾਅੱਲਾ ਉਸਤਾਦ ਹੋਰਾਂ ਦੀ ਵਜ੍ਹਾ ਤੋਂ ਇਸ ਨਾ ਵੀ ਨਾ ਹੋ ਸੀ ਸ਼ੁਗਲ ਮੇਲਾ ਵੀ ਰਹਿ ਸੀ ਤੇ ਕਬੂਤਰਬਾਜ਼ੀ ਵੀ ਰਹਿ ਸੀ
ਬਹੁਤ ਅਸੀਂ ਯਾਨੀ ਉਹਨਾਂ ਤੋਂ ਮੁਤਾਸਰ ਹੋਏ ਹਾਂ ਤੇ ਤੁਹਾਡਾ ਵੀ ਬਹੁਤ ਸ਼ੁਕਰੀਆ ਜਿਹੜੇ ਤੁਸੀਂ ਸਾਡੇ ਕੋਲ ਟਾਈਮ ਕੱਢ ਕੇ ਇਤਨੇ ਦੂਰ ਤੋਂ ਆਏ ਹੋ ਤੇ ਇਨਸ਼ਾਅੱਲਾ ਅਸੀਂ ਦੁਬਾਰਾ ਵੀ ਕੋਸ਼ਿਸ਼ ਕਰ ਸਾਂ ਤੁਸੀਂ ਇਨਸ਼ਾਅੱਲਾ ਵੈਲਕਮ ਕਰਨੇ ਨੇ ਤੇ ਚਲੋ ਹਾਂ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਹਤਾ ਮੈਂ ਇੱਕੋ ਗੱਲ ਹੀ ਹੋਰ ਵੀ ਇਸਲਾਮ ਸਾਹਿਬ ਮਿੱਠੂ ਸਾਹਿਬ ਜੀ ਹਾਂ ਜੀ ਇਸਲਾਮ ਭਾਈ ਤੇ ਇਸਲਾਮ ਭਾਈ ਜਿਹੜੇ ਨੇ ਸਾਡੇ ਜਿਹੜੇ ਨੇ ਜੀ ਪਹਿਲੇ ਚੈਨਲ ਕਿਸੇ ਨਾਲ ਟਿਕੇ ਰਹਿਣ ਜੀ ਤੁਹਾਡੇ ਅਸਲਾਮ ਅਲੈਕੁਮ ਸਭ ਤੋਂ ਪਹਿਲੇ ਭਾਈ ਜਾਨ ਤੁਸਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਤੁਸੀਂ ਬੜੀ ਦੂਰ ਤੋਂ ਤਸ਼ਰੀਫ ਲੈ ਕੇ ਆਏ ਹੋ ਸਾਡੇ ਵਾਸਤੇ ਸਾਡੇ ਇਲਾਕੇ ਨੂੰ ਇੱਜ਼ਤ ਦਿੱਤੀ ਹੈ ਸਾਡੇ ਮੁਖਲਸ ਦੋਸਤਾਂ ਦੇ ਵਿੱਚ ਬੈਠੇ ਹੋ ਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਅਲਹਮਦੁਲਿਲਾ ਅਕਰਮ ਅੱਕੀ ਸਾਹਿਬ ਉਸਤਾਦ ਕਿਸੇ ਤਾਰਫ ਦੇ ਮੁਹਤਾਜ ਨਹੀਂ ਹਨ ਉਹਨਾਂ ਨੇ ਸਾਡੇ ਇਲਾਕੇ ਨੂੰ ਇੱਜ਼ਤ ਬਖਸ਼ੀ ਹੈ ਬਹੁਤ ਅਲਹਮਦੁਲਿਲਾ ਅਸੀਂ ਲੋਕ ਮੁਤਾਸਰ ਹੋਏ ਸਾਂ ਉਹਨਾਂ ਦੀ ਖੁਸ਼ ਇਖਲਾਕੀ ਤੋਂ ਉਹਨਾਂ ਦੀ ਕਬੂਤਰ ਪਰਵਰੀ ਤੋਂ ਮਹਿਰ ਭਾਈ ਤੋਂ ਬਹੁਤ ਮੁਤਾਸਰ ਹੋਇਆ ਇਹਨਾਂ ਨੇ ਇੱਕ ਅੱਛਾ ਉਸਤਾਦ ਚੁਣਿਆ ਅੱਲਾ ਪਾਕ ਉਹਨਾਂ ਨੂੰ ਇੱਜ਼ਤ ਦੇ ਮਜ਼ੀਦ ਤਰੱਕੀ ਦੇ ਔਰ ਅੱਲਾ ਪਾਕ ਸਾਰੇ ਦੋਸਤਾਂ ਨੂੰ ਖੁਸ਼ ਰੱਖੇ ਬਸ ਸਾਡਾ ਇਹੀ ਮੈਸੇਜ ਹੈ ਕਿ ਅਲਹਮਦੁਲਿਲਾ ਸਾਰੇ ਆਪਸ ਇਤਫਾਕ ਨਾਲ ਮਿਲ ਜੁਲ ਕੇ ਰਹਿਣ ਔਰ ਸ਼ੋਕ ਨੂੰ ਅੱਛੇ ਤਰੀਕੇ ਨਾਲ ਪ੍ਰਵਾਨ ਚੜ੍ਹਾਉਣ ਬਹੁਤ ਮਿਹਰਬਾਨੀ ਸਰ ਬਹੁਤ ਸ਼ੁਕਰੀਆ ਬਹੁਤ ਅੱਛਾ ਬਾਕੀ ਮਹਿਰ ਭਾਈ ਤੁਹਾਡੇ ਕੋਲ ਕਬੂਤਰ ਕਿਹੜੀ ਕਿਹੜੀ ਨਸਲਾਂ ਦੇ ਨੇ ਕਿੰਨੀ ਕੁ ਨਸਲਾਂ ਨੇ ਇਸ ਟਾਈਮ ਮੌਜੂਦ ਨੇ ਉਹ ਦੱਸੋ ਜ਼ਰਾ ਚੰਦ ਕਬੂਤਰ ਨੇ ਜੀ ਇਸ ਟਾਈਮ ਮੇਰੀ ਨਵੀਂ ਛੱਤ ਬਣੀ ਅੱਛਾ ਜਿਸ ਵਿੱਚ ਜ਼ਿਆਦਾ ਤਾਦਾਦ ਕਬੂਤਰ ਉਸਤਾਦ ਅਕਰਮ ਮੱਕੀ ਸਾਹਿਬ ਦੇ ਨੇ ਠੀਕ ਹੋ ਗਿਆ ਕਿਹੜੀ ਕਬੂਤਰ ਉਹਨਾਂ ਨੇ ਕੁਛ ਲਾਲ ਪਰੀ ਕਬੂਤਰ ਉਹਨਾਂ ਭੇਜੇ ਨੇ ਅੱਛਾ ਕੁਛ ਪਹਿਲੇ ਮੇਰੇ ਕੋਲ ਕਬੂਤਰ ਇੱਕ ਛੱਤ ਵਾਲੇ ਪਏ ਫਿਰੋਜ਼ਪੁਰੀ ਪਏ ਠੀਕ ਹੋ ਗਿਆ ਅਤੇ ਬਸ ਕਬੂਤਰ ਇਤਨੇ ਨਹੀਂ ਥੋੜ੍ਹੇ ਜਿਹੇ ਕਬੂਤਰ ਐਸਾ ਨਾ ਉਸਤਾਦ ਅਕਰਮ ਮੱਕੀ ਸਾਹਿਬ ਦਾ ਮਾਰ ਦਰਾ ਜਿਸ ਤਰ੍ਹਾਂ ਅਲਹਮਦੁਲਿਲਾ ਅਸੀਂ ਉਸਤਾਦ ਜੀ ਨਾਲ ਮੁਹੱਬਤ ਕਰਨੇ ਸਾਡੇ ਨਾਲ ਕਰਨੇ ਨਸੀਹਾ ਹੈ ਹੁਣ ਚੰਦ ਕੋਈ ਡੇਢ ਹਫ਼ਤਾ ਪਹਿਲੇ ਅਸੀਂ ਲਾਹੌਰ ਕੋਈ ਦੋ ਹਫ਼ਤੇ ਪਹਿਲੇ ਗਏ ਸਾਂ ਤੇ ਮਾਸ਼ਾਅੱਲਾ ਉਸਤਾਦ ਨਾਲ ਗੁਫ਼ਤਗੂ ਕਾਫੀ ਗੱਪ ਸ਼ੱਪ ਹੋਈ ਹੈ ਬਹੁਤ ਕੁਛ ਉਹਨਾਂ ਕੋਲੋਂ ਮਿਲਿਆ ਵੀ ਬੈਠੇ ਹਾਂ ਇਹ ਗੱਲ ਦੋਸਤੋ ਵਾਕਈ ਹਕੀਕਤ ਹੈ ਕੋਈ ਬੰਦਾ ਸੀ ਨਾ ਅਤੇ ਉਹਨੂੰ ਕਿਸੇ ਪੁੱਛਿਆ ਕਿ ਯਾਰ ਤੂੰ ਮੇਰੇ ਨਾਲ ਕਿੰਨਾ ਕੁ ਪਿਆਰ ਕਰਨਾ ਅਤੇ ਉਹਨੇ ਕਿਹਾ ਯਾਰ ਤੂੰ ਆਪਣੇ ਦਿਲ ਕੋਈ ਪੁੱਛ ਲੈ ਜਿੰਨਾ ਕੁ ਤੂੰ ਮੈਨੂੰ ਕਰਨਾ ਉਨਾ ਕੁ ਮੈਂ ਤੈਨੂੰ ਕਰਨਾ ਵਾ ਅਤੇ ਇਹ ਵਾਕਈ ਮਹਿਰ ਭਾਈ ਦੀ ਸਹੀ ਗੱਲ ਹੈ ਕਿ ਅਗਰ ਇਹ ਉਹਨਾਂ ਨਾਲ ਪਿਆਰ ਕਰਦੇ ਹੁੰਦੇ ਤਾਂ ਉਹ ਬਹੁਤ ਜ਼ਿਆਦਾ ਇਹਨਾਂ ਨਾਲ ਕਰਦੇ ਹੋਣਗੇ ਅਤੇ ਇਹ ਗੱਲ ਵਾਕਈ ਹਕੀਕਤ ਹੈ ਔਰ ਜਿਹੜੇ ਦੋਸਤਾਂ ਪੁਰਾਣੀਆਂ ਗੱਲਾਂ ਨੇ ਉਹ ਵਾਕਈ ਹਕੀਕਤ ਹੈ ਮਬਨੀ ਪ੍ਰੋਗਰਾਮ ਹੈ ਸਾਰਾ ਅਤੇ ਅਗਰ ਉਹ ਕਰਦੇ ਨੇ ਤਾਂ ਇਹ ਵੀ ਕਰਦੇ ਨੇ ਅਤੇ ਅਗਰ ਇਹ ਕਰਦੇ ਨੇ ਤਾਂ ਉਹ ਵੀ ਕਰਦੇ ਨੇ ਸਮਝੋ ਜਿੱਦਾਂ ਤਾਂ ਨਹੀਂ ਪਿਆਰ ਦੋਵਾਂ ਪਾਸੇ ਹੀ ਹੈ ਜੀ 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 ਬਹੁਤ ਬੰਦੇ ਸੁਣ ਜਿਹੜੇ ਇਹ ਗੱਲ ਕਰਨੇ ਸੁਣ ਕੇ ਬਾਈ ਅਕਰਮ ਉਸਤਾਦ ਹੋਰਾਂ ਨੇ ਸ਼ਗਰਦ ਨਹੀਂ ਕਰਨਾ ਮਾਇਰ ਨੂੰ ਟੈਕਸਲੇ ਵਿੱਚ ਬਹੁਤ ਬੰਦੇ ਨੇ ਬੜੇ ਟੈਕਸਲੇ ਨੇ ਬੜੀ ਅੱਛੀ ਅੱਛੀ ਛੱਤਾਂ ਮਾਰੂਫ ਛੱਤਾਂ ਨਾਮੀ ਗ੍ਰਾਮੀ ਬੰਦੇ ਨੇ ਉਹਨਾਂ ਨੇ ਇਹ ਕਿਹਾ ਜੀ ਉਹਨਾਂ ਨੇ ਸ਼ਗਰਦ ਕਰਨਾ ਜੀ ਉਹਨਾਂ ਸ਼ਗਰਦ ਕਰਨੇ ਛੱਡ ਦਿੱਤੇ ਨੇ ਇਹ ਉਹ ਮਾਇਰ ਨਾਲ ਰਾਬਤਾ ਸੀ ਉਸਤਾਦ ਹੋਰਾਂ ਨਾਲ ਅਤੇ ਉਸਤਾਦ ਹੋਰਾਂ ਨੇ ਗੱਲ ਕੀਤੀ ਮੈਂ ਸ਼ਗਿਰਦ ਹੋਣਾ ਚਾਹੁੰਦਾ ਉਹਨਾਂ ਕਿਹਾ ਕੋਈ ਮਸਲਾ ਨਹੀਂ ਮੈਂ ਆਵਾਂਗਾ ਉੱਥੇ ਅਤੇ ਆ ਕੇ ਸ਼ਗਿਰਦ ਕਰਾਂਗਾ ਔਰ ਵਾਕਈ ਆਏ ਨੇ ਆ ਕੇ ਉਹਨਾਂ ਸ਼ਗਿਰਦ ਕੀਤਾ ਹੈ ਸਾਡੇ ਕੋਲ ਵੀਡੀਓ ਨੇ ਤੁਸਾਨੂੰ ਉਹ ਵੀ ਅਸੀਂ ਦੱਸਾਂ ਇਨਸ਼ਾਅੱਲਾ ਤੁਸੀਂ ਉਹ ਵੀ ਦੇਖ ਲਿਓ ਔਰ ਬੜਾ ਅੱਛਾ ਇਨਸ਼ਾਅੱਲਾ ਉਹਨਾਂ ਦਿੱਤਾ ਉਸ ਤੋਂ ਬਾਅਦ ਯਾਨੀ ਉਹ ਲੋਕਾਂ ਨੇ ਵੀ ਬੋਲਣੀ ਬੰਦ ਹੋ ਗਈ ਇਸ ਵਜ੍ਹਾ ਤੋਂ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋਈ ਕਿ ਕਮ ਅਜ਼ ਕਮ ਉਸਤਾਦ ਹੋਰਾਂ ਇਤਨੇ ਦੂਰ ਆ ਕੇ ਆਪਣਾ ਇੱਕ ਸ਼ਗਿਰਦ ਬਣਾਇਆ ਅਤੇ ਇਨਸ਼ਾਅੱਲਾ ਇਹ ਵੀ ਉਸਤਾਦ ਹੋਰਾਂ ਨੂੰ ਨਾਂ ਰੋਸ਼ਨ ਹੋਏਗਾ ਇਸ ਛੱਤ ਨੂੰ ਵੀ ਅਸੀਂ ਸਾਰੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਵੀ ਭਾਈ ਅਸਾਂ ਨੇ ਛੋਟੇ ਬੱਚੇ ਨੇ ਸਾਡੇ ਅਤੇ ਇਨਸ਼ਾਅੱਲਾ ਉਸਤਾਦ ਹੋਰਾਂ ਦਾ ਨਾਂ ਇਨਸ਼ਾਅੱਲਾ ਇੱਥੋਂ ਵੀ ਬੋਲੇਗਾ ਇਨਸ਼ਾਅੱਲਾ ਪਿੰਡੀ ਟੈਕਸਲਾ 'ਚ ਬੋਲੇਗਾ ਇਨਸ਼ਾਅੱਲਾ ਬਹੁਤ ਮਿਹਰਬਾਨੀ ਤੁਹਾਡੀ ਵੀ ਤੁਸੀਂ ਇੱਥੇ ਆਏ ਹੋ ਸਾਡੇ ਕੋਲ ਆਏ ਹੋ ਤੁਸੀਂ ਵੈਲਕਮ ਨੈਕਸਟ ਟਾਈਮ ਇਨਸ਼ਾਅੱਲਾ ਤੁਹਾਨੂੰ ਅਸੀਂ ਕਿਸੇ ਫੰਕਸ਼ਨ 'ਚ ਬੁਲਾਵਾਂਗੇ ਅਤੇ ਫਿਰ ਇਨਸ਼ਾਅੱਲਾ ਮੁਲਾਕਾਤ ਹੋਏਗੀ ਅਤੇ ਇਨਸ਼ਾਅੱਲਾ ਅਸੀਂ ਮੇਰੀ ਨਾ ਸਾਡਾ ਸਾਲਾਨਾ ਫੰਕਸ਼ਨ ਹੋਣਾ ਅਸੀਂ ਕਪਵਾਰਾ ਇੱਥੇ ਨਾ ਆਪਣਾ ਲਜਪਾਲ ਨਾ ਉਡਾਉਣੇ ਹਾਂ ਅਤੇ ਉਸ ਨਾਲ ਅਸੀਂ ਇਨਸ਼ਾਅੱਲਾ ਤਕਸੀਮੇ ਨਮਾਜ਼ ਵਿੱਚ ਇਨਸ਼ਾਅੱਲਾ ਕੋਸ਼ਿਸ਼ ਕਰ ਸਕਾਂ ਤੁਸਾਂ ਦਾ ਉਹ ਦੱਸਾਂ ਇਨਸ਼ਾਅੱਲਾ ਜ਼ਰੂਰ ਤੁਸੀਂ ਅਤੇ ਇਨਸ਼ਾਅੱਲਾ ਨੈਕਸਟ ਹੁਣ ਉੱਡ ਰਿਹਾ ਕੱਪ ਕਿਹੜੇ ਮਹੀਨੇ 'ਚ ਉੱਡਦਾ ਇਹ 27 ਮਈ ਤੋਂ ਸਟਾਰਟ ਹੈ ਅੱਛਾ ਮਈ 'ਚ 27 ਮਈ ਨੂੰ ਸ਼ੁਰੂ ਹੋਣਾ ਅੱਜ ਕੱਲ੍ਹ ਉੱਡ ਰਹੇ ਨੇ ਬੱਚਿਆਂ ਨੇ ਲੇਕਿਨ 27 ਮਈ ਤੋਂ ਜਿਹੜਾ ਵੱਡਾ ਕੱਪ ਉਹ ਵੱਡਾ ਕੱਪ ਹੈ ਵੱਡਾ ਕੱਪ ਹੈ ਠੀਕ ਹੋ ਗਿਆ ਪੰਜਾਬ ਲੈਵਲ ਤੇ ਜਾਂ ਨਹੀਂ ਇਹ ਤਹਿਸੀਲ ਟੈਕਸਟ ਤਹਿਸੀਲ ਦਾ ਉੱਡਦਾ ਤਹਿਸੀਲ ਟੈਕਸਟ ਦਾ ਹੋਣਾ ਜੀ ਅਲਹਮਦੁਲਿਲਾ ਹਾਜੀ ਸਾਹਿਬ ਹੋ ਗਏ ਹਾਜੀ ਸ਼ਫੀਕ ਸਾਹਿਬ ਹੋ ਗਏ ਤਾਰਕ ਬਾਈ ਸੂਫੀ ਤਾਰਕ ਬਾਈ ਹੋ ਗਏ ਮਿੱਠੂ ਬਾਈ ਹੋ ਗਏ ਇਹ ਸਾਰੇ ਭਾਈ ਜਿਤਨੇ ਅਸੀਂ ਮਿਲ ਗਏ ਟੂਰਨਾਮੈਂਟ
अलहमदुलिल्लाह असां चंद साल हो गए असां टूर्नामेंट कराना लजपाल फ्लाइंग पिजन क्लब असां शुरू कीता और साडा तहसील टैक्स लगे इस तो आउटसाइड दे भी ना इस टूर्नामेंट दा शुमार करोगे जी होर है। अच्छा ते सिर्फ कप उडाण दा नहीं पिछे पिछली सीजन पिंडी तूफान इस्लामाबाद ही चलिया सी साडे लजपाल क्लब भी पिंडी इस्लामाबाद वाले नूं इतने कबूतर वापस किए कि उन्होंने ग्रुपां च भी ना बोलिया कि यार टैक्सला लजपाल ग्रुप जिहड़ा कबूतरबाजी है कबूतर नूं खाली सिर्फ वो शौक पैदा अगे असी वधा रहे हैं कि असा इतने कबूतर वापस दिते कि खुद असी हर डोर हर दरवाज़ा असा खुद दस्तक दे के खड़ा के असा पूछा यार जिन्हें जिन्हें कबूतर पकड़े वापस करो जिन्हें पैसे लेने असी देवे पैसे असा खुद पैसे भर के भी असा वापस दिते और ज्यादा तादाद साढ़े जितने भाई ने उन्हें असा नहीं एक कॉल से सारे कबूतर असा को पेश किए और असा ना अलहमदुलिल्लाह जी उन्होंने उन्होंने भाइयों असा उस तू बाद इतना तलक बन गया जितने भी सन जिन्होंने असा परिंदे वापस किए जिस उस्ताद चौधरी यासर किंग ऑफ तरला ही साढ़ा इस तरह भरा बन गया कि यकीन मानो कि असा ने हर मामलात जो असा रबते च मजीद और भी बहुत सारे उस्ताद हैं जिन्हें साढ़े जितने भरा कि सारे असं शौक बधाने ले शौक जिंदा रख जिंदा रखने लिये यार पिंडी इस्लामाबाद ना कमो बेश 8 to 10,000 कबूतर साढ़े इस टैक्सले वाह असन अब्दाल इन इलाकों च आया सी ठीक है असा सैकड़े ने हिसाब के कबूतर असा 100 ने हिसाब से कमो बेश 100 ने लगभग असा वापस किए 100 ने लगभग इस्लाम भाई वापस किए अच्छा तो सारे इस तरह दे गए कोई असा जितने आए सारे एक इज्जत दी है और जड़े आए बड़े खुशी राजी गए अलहमदुलिल्लाह जी साडा ही असा ना यही सिस्टम है कि असं आने कि कबूतरबाजी जो शौक है कबूतर मुखालफत नहीं होनी चाहिए वेखो हूँ वेखो तुम लाहौर असी टैक्सला लेकिन ये परिंदा एक मासूम जहा परिंदा है असा बिच कितनी मुहब्बत पैदा कर रहा है असानू आपस में जोड़ रहा है नहीं तो असा कबूतर ना रखे होना तो कितने असी तो कितने तुम लाहौर क्या पता असा नहीं दुआ सलाम भी ना हो लेकिन असा बिच मुहब्बत प्यार कबूतर बढ़ा रहे हैं तो इन कबूतरों को भी असी इतनी मुहब्बत करा जितनी असा इंसान आपसी पैदा कर रहे हैं बिल्कुल इस तरह ही और ये वेखो खाली पिंडी टैक्सला एक्टाबाद या मनसहरा या पेशावर नहीं पूरी दुनिया के यकीन करो पूरी दुनिया तो तुम दुनिया जानती होंगी ये चीज़ पूरी दुनिया के वेखो इंडिया च चढ़ते पंजाब च लोग बड़ा देखते हैं साडा चैनल और फिर उस्ताद अकरम मक्की दे देखो मेरी मूवी जे तकरीबन कोई कमेंट ही बहुत ज़्यादा आते हैं उन्होंने सरदारा दे और कई ने मेरे को नंबर मंगे ने मैं हालांकि मैं कभी कभी थोड़ी जी कताई कर जाना उस्ताद होरां दे पुछे तो बगैर नंबर दे देना मैं हर एक नूं इस तरह कि मैं जिस टाइम उस्ताद होरां नाल शिकायत होया ना तो जितनियां कालां आईयां जिन्होंने मैं जानना भी नहीं हाँ मैं उस्ताद होरां नाल लाहौर गया उन्होंने गल हुई मैं कहा उस्ताद जी इतनी कालां आईयां ने इतनी दुनिया हरिपुर तू पिंडी तू टैक्सले तो कि इतने लोगों मन कॉल करके गल आखी कि यार साडा फेवरेट उस्ताद तुसा चुने बहुत अच्छा उस्ताद है कि कई मेरे को नंबर मंगे ने उस्ताद असी रबता करना है तो बहुत ज़्यादा लोग जड़े यकीन मनसो कि इस उस्ताद रानी शगिदी पैने इतने खुश हैं कि तुसा दसा कि इतनी मैं कॉल तो ये शगिर्द हो तो मैं तो मूवी तो उन्होंने लाना ना नंबर जो अपना तो मैन मेरे को हर कोई मंगता है और फिर मैं कई फिर कई नहीं भी देता जाता किसी टाइम बंदा गड्डी चलाना होता फिर नंबर नहीं दिता जाता लेकिन मैं जेड़ा ना कोशिश करना कि हर बंदे दी जेड़ी ना ख्वाहिश पूरी हो जाए चलो कई इन्ने को खुश होंगे ने गल करके ना उस्ताद अकरम और फकी साहब ना गल करके कि यार मेरी तुसा गल कराइए मैं तुहानू कहिंदा पता नहीं किन्नियां को दुआवां देण डिया मैं बस दुआवां दी लोड़ है ते ये वाकई एक अच्छे उस्ताद दा और पूरी दुनिया दे मेरे अगर तो ही कमेंट देख लो ना यकीन करो सब तो अच्छे कमेंट उन्होंने आते हैं नहीं तो कई मुखालफ भी लोग है ने करते ने उल्टे सीधे कमेंट लेकिन नहीं उन्होंने ज़्यादा कमेंट बड़े ही अच्छे आते हैं तो हाँ जी और फिर पहली गल कि मेरा सब तो लंबा इंटरव्यू होया फिर पी टी वी वाले ने उन्होंने बुलाया सी स्पैशल लोरो इस्लामाबाद जाता टिकट दे के जी तो अगर उन्होंने जो कोई है चीज़ तो बुला देना देखो ओ कबूतर दी नोक तो लैके ना परां तो नाखना तक दस देने के कबूतर च यह चीज़ होंदी है पहचान है पहचान है मास्टर ने जी वेखो इहो जे खिलाड़ियों की सानू जरूरत है ते अल्लाह पाक इन्हां नू तंदुरुस्ती सेहत दे रखे
ਸਾਡੇ ਸਿਰਾਂ ਤੇ ਸਾਇਆ ਇਹਨਾਂ ਦਾ ਸਲਾਮਤ ਰਵੇ ਔਰ ਜਿਹੜੇ ਦੋਸਤ ਸ਼ਾਗਿਰਦ ਨੇ ਵੇਖੋ ਇਹ ਨਹੀਂ ਗੱਲ ਮੈਂ ਅਗਰ ਉਹਨਾਂ ਤੋਂ ਜ਼ਿਆਦਾ ਉਮਰ ਦਾ ਜਾਂ ਘੱਟ ਨਹੀਂ ਉਹਨਾਂ ਕੋਲ ਹੁਨਰ ਹੈ ਠੀਕ ਹੈ ਨਾ ਇਹ ਨਹੀਂ ਹੁੰਦਾ ਹਾਲਾਂ ਮੇਰੇ ਉਸਤਾਦ ਜੀ ਉਹਨਾਂ ਦੇ ਬੜੇ ਅੱਛੇ ਦੋਸਤ ਹਨ ਮੇਰੀ ਉਸਤਾਦ ਖਲਾਕ ਅਹਿਮਦ ਖਾਨ ਸਾਹਿਬ ਪਾਲਟੀ ਹੈ ਲੇਕਿਨ ਉਹਨਾਂ ਕੋਲ ਬੜਾ ਨੌਲੇਜ ਸੀ ਉਹ ਉਹਨਾਂ ਨੂੰ ਪਿਆਰੇ ਹੋ ਗਏ ਲੇਕਿਨ ਇਹ ਵੇਖੋ ਨਾ ਪਾਏ ਦੇ ਉਸਤਾਦ ਨੇ ਪਾਏ ਦੇ ਉਸਤਾਦ ਨੇ ਅਤੇ ਮਹਿਰ ਭਾਈ ਹੁਣ ਉੱਥੇ ਕਬੂਤਰ ਦਿਖਾਉਂਦੇ ਹਾਂ ਠੀਕ ਹੋ ਗਿਆ ਨਾ ਇੱਥੇ ਵੈਂਡ ਅਪ ਕਰੀਏ ਚਲੋ ਪਹਿਲੇ ਖਾਣਾ ਖਾਣੇ ਹੋਏ ਠੀਕ ਹੋ ਗਿਆ ਖਾਣਾ ਖਾ ਲਈ ਹਾਂ ਠੀਕ ਹੈ ਇਸ ਤਰ੍ਹਾਂ ਕਰ ਲਓ ਠੀਕ ਹੋ ਜਿਵੇਂ ਤੁਹਾਡਾ ਦਿਲ ਜਿਸ ਤਰ੍ਹਾਂ ਤੁਸੀਂ ਕਹੋਗੇ ਠੀਕ ਹੈ ਦੋਸਤੋ ਅੱਛਾ ਹੋਰ ਕਿਸੇ ਕੋਈ ਗੱਲਬਾਤ ਕੋਈ ਕਰਨੀ ਹੈ ਕੋਈ ਆਪਣੀ ਰਾਏ ਕਿਸੇ ਬਾਰੇ 'ਚ ਵੀ ਦੇਣੀ ਹੈ ਜਾਂ ਕਿਸੇ ਪਾਰਟੀ ਦੇ ਰਾਏ ਬਾਰੇ 'ਚ ਬਾਅਦ 'ਚ ਨਾ ਹੁਣ ਤੁਹਾਡੇ ਕੋਲ ਹਰ ਚੀਜ਼ ਹੈਗੀ ਤਸੱਲੀ ਨਾ ਕਿਹੋ ਜੀ ਸਾਡੇ ਭਾਈ ਮਲਕ ਸੁਹੇਲ ਸਾਹਿਬ ਉਸਤਾਦ ਮਹਿਤਾਬ ਸ਼ਾਹ ਅੱਛਾ ਮੋਹਨ ਨਵਾਜ਼ ਦੀ ਪਾਰਟੀ ਦੇ ਅੱਛਾ ਮੋਹਨ ਨਵਾਜ਼ ਘੁੰਮਣ ਸਾਹਿਬ ਦੀ ਪਾਰਟੀ ਜੀ ਮੋਹਨ ਨਵਾਜ਼ ਉਹਨਾਂ ਦੇ ਸ਼ਾਗਿਰਦ ਹੋ ਤੁਸੀਂ ਨਹੀਂ ਅਸੀਂ ਉਸਤਾਦ ਮਹਿਤਾਬ ਸ਼ਾਹ ਦੇ ਸ਼ਾਗਿਰਦ ਹਾਂ ਉਸਤਾਦ ਇਜਾਜ਼ ਖਾਨ ਮਹਿਤਾਬ ਤੇ ਉਹ ਇਸਲਾਮਾਬਾਦ ਵਾਲੇ ਬਹੁਤ ਅੱਛੇ ਉਸਤਾਦ ਦੇ ਸ਼ਾਗਿਰਦ ਨੇ ਜੀ ਮੇਰਾ ਤਾਲਕ ਮੋਹਨ ਨਵਾਜ਼ ਘੁੰਮਣ ਪਾਰਟੀ ਨਾਲੇ ਠੀਕ ਹੋ ਗਿਆ ਉਹਨਾਂ ਨੇ ਸ਼ਾਗਿਰਦ ਮਹਿਤਾਬ ਸ਼ਾਹ ਅਗੂ ਉਹਨਾਂ ਨੇ ਸ਼ਾਗਿਰਦ ਇਜਾਜ਼ ਖਾਨ ਮੈਂ ਉਹਨਾਂ ਦਾ ਸ਼ਾਗਿਰਦ ਹਾਂ ਅੱਜ ਮੈਂ ਉਸਤਾਦਾਂ ਦੀ ਛੱਤ 'ਤੇ ਗਿਆ ਰਿਹਾ ਉੱਥੇ ਕੋਈ ਛੋਟਾ ਜਿਹਾ ਫੰਕਸ਼ਨ ਆ ਅਤੇ ਉੱਧਰ ਵਾਪਸ ਮਹਿਰ ਬਾਈ ਮੇਰੇ ਬਹੁਤ ਅੱਛੇ ਦੋਸਤ ਹਨ ਭਾਈ ਭੀਨ ਇਹਨਾਂ ਕਾਲ ਕੀਤੀ ਯਾਰ ਤੁਸੀਂ ਆ ਰਹੇ ਹੋ ਅਤੇ ਇੱਧਰ ਆਉਣਾ ਮੈਂ ਕਿਹਾ ਚਲੋ ਠੀਕ ਹੈ ਅੱਜ ਅਸਾਂ ਅਤੇ ਮੈਂ ਪ੍ਰੋਪਰ ਸ਼ੋਕ ਕਰ ਰਿਹਾ 2 ਸਾਲ ਤੋਂ ਅੱਛਾ ਅਤੇ ਪਿੱਛੇ ਮਈ ਦਾ ਵੀ ਸ਼ੋਕ ਕੀਤਾ ਅਕਤੂਬਰ ਦਾ ਨਹੀਂ ਕੀਤਾ ਅਤੇ ਇਸ ਸਾਲ ਵੀ ਇਨਸ਼ਾਅੱਲਾ ਨੈਕਸਟ ਸ਼ੋਕ ਕਰਾਂਗੇ 7 ਕਾਰਬਾਜ਼ੀਆਂ ਵੀ ਲੱਗੀਆਂ ਔਰ ਇਨਸ਼ਾਅੱਲਾ ਅੱਛਾ ਰਿਸਪੋਂਸ ਮਿਲੇਗਾ ਛੱਤ ਜਿਹੜੀ ਅੱਛੀ ਤਿਆਰ ਕਰ ਰਹੇ ਹਾਂ ਔਰ ਇਹ ਜਿਹੜੀ ਮੇਰੀ ਛੱਤ ਹੈ ਨਾ ਮਹਿਰ ਬਾਈ ਦੀ ਛੱਤ ਤੇ ਇਨਸ਼ਾਅੱਲਾ ਅਸੀਂ ਪੰਜਾਬ ਲੈਵਲ ਤੇ ਆਣਸਾਂ ਪੰਜਾਬ ਲੈਵਲ ਤੇ ਕੱਪ ਇਨਸ਼ਾਅੱਲਾ ਡਾਸਾਂ ਤੇ ਇਹ ਦੋਏ ਛੱਤਾਂ ਇਨਸ਼ਾਅੱਲਾ ਤਿਆਰ ਹੋ ਕੇ ਆਸਨ ਇਹਨਾਂ ਨੇ ਉਸਤਾਦ ਅਕਰਮ ਮੱਕੀ ਸਾਹਿਬ ਉਹਨਾਂ ਨਾਲ ਵੀ ਅੱਛੇ ਤਲੁਕਾਤ ਹਨ ਮੈਂ ਵੀ ਉਹਨਾਂ ਦੀ ਬੜੀ ਰਿਸਪੈਕਟ ਕਰਨਾ ਕਿ ਯਾਰ ਬਹੁਤ ਅੱਛੇ ਉਸਤਾਦ ਮੈਂ ਕਾਫੀ ਤੁਸਾਂ ਨੇ ਇੰਟਰਵਿਊ ਵੀ ਸੁਣੇ ਨਾ ਮੈਂ ਤੁਹਾਡੇ ਇੰਟਰਵਿਊ ਸੁਣਦਾ ਰਹਿੰਦਾ ਉਸਤਾਦ ਤੁਸਾਂ ਨਾ 1-2, 34 ਮਿੰਟ 36 ਮਿੰਟ 1 ਘੰਟਾ 18 ਮਿੰਟ ਨਾ ਇਹ ਵੀ ਇੰਟਰਵਿਊ ਮੈਂ ਸੁਣੇ ਹਾਂ ਅਤੇ ਮੈਂ ਯੂਟਿਊਬ 'ਤੇ ਤੱਕਦਾ ਰਹਿੰਦਾ ਅਤੇ ਇਨਸ਼ਾਅੱਲਾ ਨੈਕਸਟ ਜਿਸ ਟਾਈਮ ਤੁਸਾਂ ਦਾ ਚੱਕਰ ਲਗਾ ਤੁਸਾਂ ਆਪਣੀ ਛੱਤ ਦਾ ਵੀ ਵਿਜ਼ਿਟ ਕਰਾਸਾਂ ਇਨਸ਼ਾਅੱਲਾ ਉਹ ਵੀ ਦਿਖਾਸਾਂ ਅਤੇ ਤੁਹਾਡਾ ਬੜਾ ਸ਼ੁਕਰੀਆ ਮਿਹਰਬਾਨੀ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ ਅਤੇ ਇਨਸ਼ਾਅੱਲਾ ਤਾਬੇਦਾਰ ਅਸੀਂ ਬੜੀ ਮਿਹਰਬਾਨੀ ਜੀ ਹੋਰ ਕੋਈ ਦੋਸਤ ਬਾਈ ਹਾਂਜੀ ਭਾਈ ਸਾਹਿਬ ਓਕੇ ਹੋ ਗਿਆ ਇਜਾਜ਼ਤਾਂ ਨੇ ਫਿਰ ਲਓ ਜੀ ਮਿਲਨੇ ਆ ਤੁਹਾਨੂੰ ਕਬੂਤਰ ਦਿਖਾਉਂਦੇ ਆ ਸਾਰੇ ਦੋਸਤਾਂ ਨੂੰ ਫਿਰ ਠੀਕ ਹੈ ਲੇਕਿਨ ਦੇਖਾਂਗਾ ਮੈਂ ਉਹਨੂੰ ਪਾਰਟ 2 ਕਰ ਲਾਂਗੇ ਪਾਰਟ 1 'ਚ ਆ ਜਾਏਗਾ ਉਹ ਪਾਰਟ 2 'ਚ ਅੱਲਾ ਹਾਫਿਜ਼ ਚਲੋ ਜੀ